ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ। ਬਾਈ ਜੀ ਮੈਂ ਮੋਗੇ ਵਾਲਾ PV 29 ਨੰਬਰ, ਗੱਡੀ ਮੇਰੀ I-20 2017। ਅਤੇ ਬਾਈ ਜੀ ਅੱਜ ਸਵੇਰੇ 3:30-4 ਵਜੇ ਫਰਨੀਚਰ ਮਾਰਕੀਟ ਤੋਂ ਅੱਗੇ ਗੁਰਦੁਆਰਾ ਸਾਹਿਬ ਨਹੀਂ ਹੁੰਦਾ ਜੀ, ਮੋਹਾਲੀ ਵਾਲੇ ਸਾਈਡ ਨੂੰ, ਉੱਥੋਂ ਆਪਣੀ ਗੱਡੀ ਕੋਈ ਰਿਵੋਲਵਰ ਦਿਖਾ ਕੇ ਖੋ ਕੇ ਲੈ ਗਿਆ। ਅਤੇ ਮੇਰਾ ਭਾਈ 2017 I-20 ਮੈਗਨਾ ਮਾਡਲ, ਮੇਰਾ ਵੀਰ ਧਿਆਨ ਰੱਖਿਓ ਜੀ, ਮਿਹਨਤੀ ਹੈ ਯਾਰ, ਸਾਰੇ ਭਰਾਵਾਂ ਨੂੰ ਰਿਕੁਐਸਟ ਹੈ ਯਾਰ। ਆਪਣੀ ਕੈਬ ਸੀ, ਟੈਕਸੀ ਸਵਾਰੀ ਲੈ ਕੇ ਆ ਰਿਹਾ ਸੀ ਮੈਂ, ਸਵਾਰੀ ਜਦੋਂ ਲਾਉਣ ਤੋਂ ਬਾਅਦ ਇੱਥੇ ਆਪਣਾ ਕੰਮ ਹੋ ਗਿਆ ਯਾਰ। 1700 ਸਵਾਰੀ ਲੈ ਕੇ ਆਉਂਦੀ ਆ, ਜਦੋਂ ਮੈਂ ਇੱਥੇ ਆਇਆ 42 ਵਾਲੇ ਚੌਂਕ 'ਤੇ, ਅਤੇ ਬੰਦੇ ਮੇਰੇ ਪਿੱਛੇ ਲੱਗੇ, ਪਿੱਛੇ ਉਹਨਾਂ ਨੇ ਗੱਡੀ ਮਾਰੀ। ਗੱਡੀ ਮਾਰਨ ਤੋਂ ਬਾਅਦ ਉਹਨਾਂ ਨੇ ਆਪਣਾ ਇਹ ਰਿਵੋਲਵਰ ਕੱਢ ਕੇ ਲਾ ਲਿਆ ਨਾਲ। ਜਦੋਂ ਮੈਂ ਬਾਹਰ ਨਿਕਲਿਆ ਤਾਂ ਕਹਿੰਦੇ ਭੱਜ ਆ, ਸਾਲੇ ਗੱਡੀ ਭਜਾ ਕੇ ਲੈ ਗਏ ਯਾਰ। ਬਾਈ ਬਣ ਕੇ ਯਾਰ ਗੌਰ ਕਰਿਓ, ਪੁਲਿਸ ਕਹਿੰਦੀ ਆ ਕੁਰਾਲੀ ਸਾਈਡ ਨੂੰ ਗਏ ਆ, ਬਾਕੀ ਕੈਮਰੇ ਕੁਮਰੇ ਟਰੇਸ ਹੋ ਰਿਹਾ। ਮੇਰਾ ਭਾਈ ਧਿਆਨ ਰੱਖਿਓ ਜੀ, ਮਿਹਨਤੀ ਆ ਬਾਈ ਜੀ, ਇਹ ਰਿਕੋਰਡਿੰਗ ਆਪਣੀ ਵੱਧ ਤੋਂ ਵੱਧ ਫੋਰਵਰਡ ਕਰਿਓ, ਸ਼ਾਇਦ ਆਪਣੀ ਗੱਡੀ ਮਿਲ ਜਾਏ ਯਾਰ, ਆਪਾਂ ਤਾਂ ਉਹਦੇ 'ਤੇ ਗੁਜ਼ਾਰਾ ਕਰਦੇ ਹਾਂ ਯਾਰ, ਤੁਹਾਨੂੰ ਵੀ ਪਤਾ ਜੀ।